ਨਜ਼ਰੀਨ ਪਠਵਾੜਾ ਕਾਮਨੀ ਤਰਫੋਂ ਅਸਲਾਮ ਵਾਲੇਕੁਮ ਜੀ। ਤੁਸਾਂ ਨੇ ਮੁਲਾਕਾਤ ਕਰਾਉਣੀ ਹੈ ਜੀ ਅੱਜ ਅਸਾਂ ਸਾਬਕ MPA ਸੂਬਾਈ ਅਸੈਂਬਲੀ ਪੰਜਾਬ ਨੇ ਮੈਂਬਰ ਜੀ ਰਹਿ ਚੁੱਕੇ ਹਨ ਕਰਨਲ ਮੁਹੰਮਦ ਸ਼ਬੀਰ ਅਵਾਨ ਸਾਹਿਬ ਜੀ, ਹਲਕਾ PP2 ਵੀ ਸਨ, ਕੰਮ ਵੀ ਇਹਨਾਂ ਕਰਾਏ, ਲੇਕਿਨ ਹੁਣ 5 ਸਾਲ ਗੁਜ਼ਰੀ ਚੁੱਕੇ। ਇਹਨਾਂ ਕੋਲੋਂ ਪੁੱਛਾਂ ਕਿ ਇਹਨਾਂ ਨੇ 5 ਸਾਲਾਂ ਤੋਂ ਬਾਅਦ ਕਿਤਨਾ ਕੰਮ ਹੋਇਆ ਹੈ। ਉਸਨੇ ਤੋਂ ਬਾਅਦ ਇਹਨਾਂ ਕੋਲੋਂ ਜਿਹੜੀ ਖਾਸ ਕਰੀ ਹਲਕਾ ਬੰਦੀਆਂ ਆ ਇਹਨਾਂ ਨੇ ਹਵਾਲੇ ਨਾਲ ਹੀ ਪੁੱਛਾਂ ਜੀ ਜ਼ਿਲ੍ਹਾ ਪਿੰਡੀ ਦੀਆਂ, ਔਰ ਉਸਨੇ ਤੋਂ ਬਾਅਦ ਆਖਰੀ ਚ ਇਹਨਾਂ ਕੋਲੋਂ ਪੁੱਛਾਂ ਕਿ ਜਿਹੜੇ ਟਿਕਟ ਹਨ ਖਾਸ ਕਰੀ ਪਾਕਿਸਤਾਨ ਤਰੀਕੇ ਇਨਸਾਫ ਨੇ ਜ਼ਿਲ੍ਹਾ ਰੌਲ ਪਿੰਡੀ ਵਿੱਚ ਉਹਨਾਂ ਨੇ ਪੁਜ਼ੀਸ਼ਨ ਕਿਹਾ ਸੀ ਜੀ। ਕਰਨ ਸਾਹਿਬ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਸਭ ਤੋਂ ਪਹਿਲੇ ਤਾਂ ਚੌਧਰੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਔਰ ਮੈਂ ਦਿਲ ਨਹੀਂ ਇੱਥਾ ਗਰਈਏ ਨਾਲ ਤੁਹਾਡੀ ਖਰਾਜੀ ਤਹਿਸੀਨ ਤੁਹਾਨੂੰ ਪੇਸ਼ ਕਰਨਾ ਕਿ ਤੁਸੀਂ ਇੱਕ ਇਸ ਨੂੰ ਮਿਸ਼ਨਰੀ ਜ਼ੀਲ ਨਾਲ ਪਠਵਾੜਾ ਕੰਮ ਨੂੰ ਚਲਾਇਆ, ਔਰ ਬਾਕੀ ਜਿਤਨੀ ਵੀ ਟੀਮ ਹੈ ਦੁਨੀਆ 'ਚ ਮੈਂ ਸਭ ਨੂੰ ਅਸਲਾਮ ਵਾਲੇਕਮ ਕਹਿ ਰਿਹਾ, ਖਾਸ ਕਰ ਚੌਧਰੀ ਨਸੀਰ, ਇਫਤਖਾਰ ਵਾਰਸੀ, ਉਮਰ ਰਿਆਦ, ਕਿਉਂਕਿ ਜਬ ਵੀ ਮੈਂ UK ਮੈਂ ਜਾਤਾ ਹੂੰ ਉਨਸੇ ਜ਼ਰੂਰ ਮੁਲਾਕਾਤ ਹੋਤੀ ਹੈ। ਤੋ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੈਂ ਸੁਬਹਾ ਨਮਾਜ਼ ਤਲਾਵਤ ਕਰਕੇ ਸਭ ਤੋਂ ਪਹਿਲੇ ਮੈਂ ਪਠਵਾੜਾ.com ਜਿਹੜਾ ਉਹ ਦੇਖਣਾ, ਔਰ ਇਲਾਕੇ ਨੂੰ ਜਿਤਨੀ ਵੀ ਖਬਰਾਂ ਹੋਈਆਂ ਅਤੇ ਅਪਡੇਟ ਹੋ ਜਾਣੇ। ਜੀ ਸਾਹਿਬ, ਤੁਹਾਡਾ ਹਲਕਾ PP2 ਸੀ, ਔਰ ਤੁਸੀਂ ਲੋਕ ਚੀਜ਼ ਨੇ ਗਵਾਹ ਹੋ ਕਿ ਮੈਂ ਅੱਲਾਹ ਦੀ ਫਜ਼ਲ ਨਾਲ ਇੱਕ ਇਸਲਾਮੀ ਜਿਸ ਤਰ੍ਹਾਂ ਇੱਕ ਰਿਲੀਜੀਅਸ ਡਿਊਟੀ ਹੋਣੀ, ਇਸ ਤਰ੍ਹਾਂ ਮੈਂ ਸਿਆਸਤ ਕੀਤੀ ਹੈ। ਕਿਸੇ ਬੰਦੇ ਨਾਲ ਵਾਅਦਾ ਖਿਲਾਫੀ ਨਹੀਂ ਹੋਈ, ਝੂਠ ਨਹੀਂ ਬੋਲਿਆ, ਔਰ ਓਪੋਜੀਸ਼ਨ ਵਿੱਚ ਕਿਉਂ ਪੰਜਾਬੀ ਹਕੂਮਤ ਨੂੰ ਲੀਗ ਵਿੱਚ ਸੀ, ਉਸਨੇ ਬਾਵਜੂਦ ਅਲਹਮਦੁਲਿਲਾ 90 ਕਰੋੜ ਨੇ ਕੰਮ ਹੋਏ, ਇੱਕ ਪੈਸੇ ਨਹੀਂ, ਕਰਪਸ਼ਨ ਨਹੀਂ ਹੈ, ਔਰ ਮੈਂ ਉਸਨੇ ਜ਼ਿਆਦਾ ਮੈਂ ਸਮਝਣਾ ਸਾਂ ਕਿ ਮੈਂ 24 ਘੰਟੇ ਲੋਕਾਂ ਦੀ ਅਵੇਲੇਬਲ ਸਾਂ, ਮੇਰੇ ਕਾਰਨ ਹੀ ਕਿਸੇ ਘੰਟੀ ਨਹੀਂ ਮਾਰੀ, ਹੋਸਪਿਟਲ ਵਿੱਚ ਇਲਾਜ ਹੋਏ, ਫੌਜੀ ਭਰਤੀਆਂ ਹੋਈਆਂ, ਬਾਕੀ ਜਿੱਥੇ ਵੀ ਕਿਸੇ ਕੋਈ ਪੁਕਾਰਿਆ ਮੈਂ ਉੱਥੇ ਖੜਾ ਸੀ। ਲੇਕਿਨ 2013 ਇੱਕ ਐਸੀ ਆਵਾਜ਼ ਚਲੀ ਸੀ ਪੀਪਲ ਪਾਰਟੀ ਦੇ ਖਿਲਾਫ ਜਿਸ ਦੀ ਵਜ੍ਹਾ ਤੋਂ ਅਸੀਂ ਇਲੈਕਸ਼ਨ ਆ ਰਹੀ ਗਿਆ, ਲੇਕਿਨ ਮੈਂ ਸਿਰਫ ਆਪਣੇ ਦੋਸਤਾਂ ਭਰਾ ਜਿਹੜੇ PP2 ਨੇ ਉਹਨਾਂ 'ਤੇ ਮੇਰਾ ਸਵਾਲ ਹੈ ਕਿ ਕਿਆ ਉਹ 5 ਸਾਲ ਬਿਹਤਰ ਸੀ ਜਾਂ ਇਹ 5 ਸਾਲ ਬਿਹਤਰ ਹੈ। ਕਮ ਅਜ਼ ਕਮ ਮੈਂ ਵੀ ਇਸ ਇਲਾਕੇ 'ਚ ਚੱਕਰ ਲਾਉਣਾ ਰਹਿਣਾ, ਔਨ ਗਰਾਊਂਡ ਮੈਂ ਸੁਣ ਰਹਿਣਾ ਜੀ ਸਰਵੇ ਹੋਇਆ, ਗ੍ਰਾਂਟ ਹੋ ਗਈ, ਇਹ ਹੋਇਆ, ਉਹ ਹੋਇਆ, ਲੇਕਿਨ ਔਨ ਗਰਾਊਂਡ ਮੈਂ ਕੋਈ ਨਹੀਂ ਦੇਖਿਆ ਕੋਈ ਕੰਮ ਖਾਸ ਹੋ ਰਿਹਾ ਹੋਵੇ। ਸਰ, 2 ਮਹੀਨੇ ਰਹਿ ਗਏ, ਤੁਸੀਂ ਜਿਸ ਤਰ੍ਹਾਂ ਆਉਣੇ ਹੋ ਕਿ ਔਨ ਗਰਾਊਂਡ ਕੰਮ ਕੋਈ ਨਹੀਂ ਹੋਇਆ, 2 ਮਹੀਨਿਆਂ ਵਿੱਚ ਕਿਤਨੇ ਕੰਮ ਹੋ ਸਕਣੇ, ਔਰ ਅਗੂ ਕੇਅਰ ਟੇਕਰ ਗਵਰਨਮੈਂਟ ਐਸੀ ਉਸਨੇ ਵਿੱਚ ਵੀ ਹੋ ਸਕਣੇ ਕੰਮ ਜਿਹੜੀ ਕੰਟੀਨਿਊਟੀ ਹੋ ਸੀ? ਨਹੀਂ, ਉਸਮੇ ਇਹ ਹੈ ਕਿ 2 ਮਹੀਨੇ ਮੈਂ ਦੇਖੇ ਜੀ, 2 ਮਹੀਨੇ ਸਰਵੇ ਮੁਕੰਮਲ ਨਹੀਂ ਹੋਣਾ, ਉਸਦੀ ਜਿਹੜੀ ਫਿਜ਼ੀਬਿਲਟੀ ਹੈ ਉਹ ਨਹੀਂ ਬਣ ਸਕਦੀ ਕਿਸੇ ਪ੍ਰੋਜੈਕਟ ਨੂੰ, ਔਰ ਕੇਅਰ ਟੇਕਰ ਗਵਰਨਮੈਂਟ ਜਬ ਬਣੇਗੀ ਤਾਂ ਤਮਾਮ ਕੰਮ ਸਟਾਪ ਹੋ ਜਾਏਗੇ, ਉਸਕੀ ਵਜ੍ਹਾ ਇਹ ਹੈ ਕਿ ਉਸ ਵਕਤ ਫਿਰ ਜੋ ਹੈ ਉਹ ਕੋਈ ਬੰਦਾ ਜੋ ਹੈ ਉਹ ਕੰਮ ਕਰਾਉਣੇ ਕਾ ਮਿਜਾਜ਼ ਨਹੀਂ ਹੈ ਇਲੈਕਸ਼ਨ ਕਮਿਸ਼ਨ ਕੇ ਹੁਕਮ ਕੇ ਮੁਤਾਬਕ, ਤੋ ਇਹ ਕੰਮ ਵਾਮ ਨਹੀਂ ਹੋਗੇ, 2 ਮਹੀਨੇ ਮੈਂ ਕੁਛ ਨਹੀਂ ਹੋਗਾ। ਕਹਿ ਸਮਝਦੇ ਹਾਂ ਕਿ ਲਾਲੀਪਾਪ ਹੀ ਹੈ ਹੁਣ ਜਿਹੜਾ ਆਖਰ ਉਪਰੇ 2 ਮਹੀਨੇ ਲਾਲੀਪਾਪ ਹੀ ਹੈ ਨਾ? ਦੇਖੋ ਜੀ, ਲਾਲੀਪਾਪ ਮੈਂ ਤੁਹਾਨੂੰ ਦੱਸਿਆ ਕਿ ਉਹ ਉਹਨਾਂ ਨੇ ਫਿਜ਼ੀਬਿਲਟੀ ਨਹੀਂ ਬਣੇਗੀ, ਸਰਵੇ ਕਰਕੇ ਮਿਸਾਲ ਦੇ ਤੌਰ 'ਤੇ ਇੱਕ ਸੜਕ ਹੈ ਉਹ ਇੱਥੋਂ ਜਨਾਬ ਸਰਵੇ ਕਰ ਸਕਣ, ਉਸ ਐਸਟੀਮੇਟ ਬਣਾ ਸਕਣ, ਇੱਥੋਂ ਸਰਵੇ ਹੋਏ ਕਿਤਨੀ ਦਫਾ ਹੋਏ, 5-7 ਦਫਾ ਹੋਈ ਸਰਵੇ ਇੱਥੇ ਹੱਦ ਤੱਕ, ਅਤੇ ਮੇਰੇ ਖਿਆਲ ਔਨ ਗਰਾਊਂਡ ਇਸਦੀ ਇੰਪਲੀਮੈਂਟੇਸ਼ਨ ਨਹੀਂ ਹੋ ਸਕਦੀ 2 ਮਹੀਨੇ 'ਚ, ਮੇਰਾ ਆਪਣਾ ਖਿਆਲ। ਹਲਕਾ ਬੰਦੀਆਂ ਨੇ ਹਵਾਲੇ ਨਾਲ ਕਹਿ ਆਖਣੇ ਹੋ ਕਿ ਤੁਸੀਂ ਜਿਹੜੀਆਂ ਇਹ ਖਾਸ ਕਰੀ ਅਸਾਂ ਹੁਣ ਕੋਈ 7 ਹੀ ਚਲੇ ਗਏ, PP2 ਸੀ, ਕੋਈ 8 ਹੀ ਚਲੇ ਗਏ। ਬੇਸਿਕਲੀ ਜੋ ਹੈ ਉਹ ਜੋ ਹਲਕਾ ਬੰਦੀ ਕਲਰ ਸੀ ਤਸੀਰ ਨਾਲ ਮੈਂ ਸਮਝਣਾ ਜ਼ਿਆਦਾ ਹੋਈ ਹੈ, ਔਰ ਇਹ ਬੇਸਿਕ ਜਿਹੜਾ ਪ੍ਰਿੰਸੀਪਲ ਇਲੈਕਸ਼ਨ ਨਾ ਉਸਦੀ ਵਾਇਲੇਸ਼ਨ ਹੈ, ਕਿਉਂਕਿ ਬੇਸਿਕ ਪ੍ਰਿੰਸੀਪਲ ਇਲੈਕਸ਼ਨ ਨਾ ਜੋ ਉਹ ਹੈ ਕਿ ਇੱਕ ਜਿਹੜੀ ਤੁਹਾਡੀ ਐਂਟੀਟੀ ਹੈ ਲੈਟਸ ਇਟ ਤਹਿਸੀਲ ਹੈ ਉਸਕੀ ਬ੍ਰੇਕ ਨਾ ਕਰੋ, ਔਰ ਅਸੀਂ ਪਹਿਲਾਂ ਜਿਹੜੇ 6 ਯੂਨੀਅਨ ਕੌਂਸਲ ਕੋਟੇ ਨਾਲ ਲਾਈਆਂ ਸੀ, ਜੈਨ ਮਤਲਬ ਕਿ ਅਸੀਂ ਮਿਨੋਰਟੀ ਸੀ, ਉਹ 14 ਯੂਨੀਅਨ ਕੌਂਸਲ ਸੀ, ਹੁਣ ਇਹਨਾਂ ਕੁਝ ਖਾਂ ਨਾਲ ਲਾ ਦਿੱਤੀਆਂ, ਕੁਝ ਕੋਟੇ ਨਾਲ ਲਾ ਦਿੱਤੀਆਂ, ਅਤੇ ਮੇਰੇ ਖਿਆਲ 'ਚ ਇਹ ਮੁਰਾਸਿਬ ਨਹੀਂ ਹੈ ਕਿ ਤਹਿਸੀਲ ਕਲਰ ਸ਼ੇਦਾਂ ਦੀ ਆਪਣੀ ਇੱਕ ਜਗ੍ਹਾ ਹੈ, ਆਪਣੀ ਇੱਕ ਸ਼ਾਨ ਹੈ, ਔਰ ਇਸਮੇ ਫਿਰ ਥੋੜ੍ਹਾ ਨੁਕਸਾਨ ਹੋਇਆ। ਸਰ, ਕਹਿ ਸਮਝਣੇ ਪਏ ਕਿ ਇਹ ਸਾਰੀ ਨੈਗਲੀਜੈਂਸੀ ਹੈ ਕਿ ਤਹਿਸੀਲ ਕਲਰ ਸ਼ੇਦਾਂ ਵਿੱਚ ਕੋਈ ਐਸੀ ਲੀਡਰਸ਼ਿਪ ਵੀ ਕੋਈ ਨਹੀਂ ਹੈ ਜਿਹੜੀ ਕੋਈ ਆਵਾਜ਼ ਉਠਾਏ, ਮਸਲਨ ਕਿ ਅਗਰ ਮਰੀ ਵਿੱਚ ਜਾਂ ਕੋਟੇ ਵਿੱਚ ਕੋਈ ਜ਼ਰਾ ਗੱਲ ਹੋਣੀ ਹੈ, ਜਾਂ ਕੋਟਲੀ ਸਤੀਆਂ ਵਿੱਚ ਗੱਡੀਆਂ 2 ਭਰਨੇ ਤਾਂ ਸਿੱਧੇ ਉੱਥੇ ਜਿਸ ਦਫ਼ਤਰ 'ਚ ਉਹਨਾਂ ਕੋਈ ਵੀ ਕੰਮ ਹੋਣਾ ਉੱਥੇ ਜਾਏ, ਇਤਜਾਜ ਅਗਰ ਨਾ ਹੋਇਆ ਤਾਂ ਇਤਜਾਜ ਕਰਨਾ ਸ਼ੁਰੂ ਕਰੀ ਦੇਣੇ,
تو سارے یہ جی کوئی مسئلہ کو نہیں ہے کیا وجہ ہے کہ اساں لوگ کوئی بہت زیادہ نہیں اساں لوگ ڈیوائیڈڈ ہیں نا ڈیوائیڈڈ ہیں سارے جی اتفاق نہیں ہے اگر اتفاق ہونا اگر لیٹس سے اگر میں نو الیکٹ کرنے تو میں نے لیڈ کراں اتفاق نہیں ہے نا اگر اتفاق ہوے اور اسی اکٹھے مل کے چلاں کوئی دیز نو نیڈ کوئی لیڈرشپ نہیں کمی نہیں ہے لیکن اتفاق نہیں ہے اسی چلتے نہیں ایک دوسرے پیچھے میں تو سنا کھنا ہے کہ اگر اتفاق ہو سی تے تاں نہیں تا اساں اس طرح بالکل لینڈ جڑا مرضی ہے اسی بنائی چھوڑے جی ہے سینٹر ایشو جی اے دور جی ادھر جو ہے ادھر چلے جاؤ ظاہر باہر نہ جڑا ہی بندہ ہے اسی اس نے کی انٹرسٹ ہے اور لوکاں نے جاننا نہیں ہے انہوں نے مسائل نہیں پتہ انہوں نے پرابلم نہیں پتہ جڑا باہر بندہ آئے گا تحصیل کلر صحیح ہوں نو نہیں ہے سر پرانی ہوئی گئی ہے تم کہہ سمجھ ہو اصل کو اتنے کہڑی کہڑی چیز جڑی ہے وہ ہونی چاہیے نہیں سی جڑی حالیں تک نہیں ہوئی سکی جس طرح ہوں اصل کی یار بس کوٹا ہی جانا پینا ہے یا گرہان نال تو نہیں کوٹا ہی زیادہ کیونکہ سابقہ اصل اسے نال ہوں تو اصل کو کہڑی چیز نہیں کمی ہے جڑی سارے کو پوری ہونی چاہیے کلر صحیح ہوں شہباز شریف نے کہا سی کہ لیپ ٹاپ نہ ونڈو آپ تحصیل ہیڈ کوارٹر ہاسپٹل سارے اپ گریڈ کرو میں سمجھنا کہ سب تو پہلا جی پرائرٹی ہے کہ تحصیل ہیڈ کوارٹر ہاسپٹل کلر سے نہ اس کی اپ گریڈ کر کے ڈی ایچ کیو نے برابر لے آنا چاہیے تاکہ لوگوں کی اتنے اپنے درد جی ہے وہ فیسلٹی علاج ہی ملے نمبر ٹو ایجوکیشن سیکنڈ پرائرٹی ہے میں سمجھا کہ اتنے کوئی کالج جڑا اچھا کالج ہوئے اچھی یونیورسٹی ہوئے اس نہیں ہونی چاہیے اور جڑے ایگزسٹنگ سکول ہے میں یہ بھی شہباز شریف صاحب نے کیا سی کہ دانش سکول نہ بناؤ جڑے ایگزسٹنگ سکول ہے اتنے جڑے ٹیچر ہیں سارے جڑے سمجھنے ہیں کہ بھائی ہوں اپ ڈیٹ ہو گئے جڑے نہیں سبجیکٹ پڑھا سکنے کیونکہ پرانی تعلیم ہے انہیں کی فل بینیفٹس نہ کر پجاؤ اور بچے جڑے کار اور بچیاں کار ایم اے ایم فل کر کے بیٹھے انہیں کی جاب دیو اور تاکہ ایک امپلائمنٹ ہو سی اور دوسرا ایجوکیشن اسٹینڈرڈ امپروو ہو سی سو ہیلتھ ایجوکیشن امپلائمنٹ جڑی ہے نا یہ تر چیزیں جڑی نے پرائرٹی ون ہونی چاہیے میرے خیال سے صوبہ پٹھوار نے آواز آئی سی لیکن کوئی بالکل گم ہی ہوئی گئی ہے کوئی پتہ ہی نہیں ہے کہ تو سب کہہ سمجھو کہ صوبہ بننے نال سارا کوئی اس نے نال کوئی فائدہ ہو سکنا نہیں وہ پٹھوار نے جیسے تعلق ہے میں سے فیور چ اس کی وجہ یہ ہے کہ پٹھوار نے لوگ جڑے باہر فارن ریمیٹس آئی اور اصل لوگوں کی اتنے انڈیپینڈنٹ جڑا وہ اپنا سٹرکچر مل جا سی امپلائمنٹ مل سی لیکن ضلع کو سارے میں مخالف اس وجہ سے مخالف ہوں کہ چار تحصیلیں کلر کوٹا کوٹلی ستیاں مری ہیڈ کوارٹر کتنے ہوئے گا اگر مری ہے تو انہوں لوگوں کو پرابلم ہے کلر پرابلم ہے اور اس کا فائدہ میرے کوئی کم از کم نظر نہیں آ رہا جہاں ضلع کو سارے البتہ صبح اگر پٹھوار بننا یہ اصل اچھا مطالبہ ہے بننا چاہیے اور اس کا سب فائدہ ہے سر آخر پر تم یہ پوچھا کہ جو تم تحریک انصاف نے ہوں آمدہ الیکشن نے حوالے نال کہ ٹکٹاں نے حوالے نال پیچھے بھی تمہیں پتا کہ کافی سارے رولے پے تحریک انصاف ٹکٹ نے حوالے نال تو اس دفعہ کیا ہے تم لائے عمل ہے کہ الیکشن ہوں سر پر ہے اس نے بارے میں ٹکٹاں والے نے عمران خان خود کیا کہ کچھ میرے کو غلطیاں کرائی گئی اور کچھ کیتیاں گئی انسپیرئنس لیکن ہوں سارا بڑا فول پروف سسٹم ہے ایک تو ساری کنسٹیچوئنسیز نے یہ سروے کرا رہے کہ بھی کہڑا کینڈیڈیٹ سوٹیبل ہے وہ سروے نے کول ہے پھر پارلیمانی بورڈ ہے اس نے عمران خان ہیڈ کر رہے ہیں جہانگیر ترین صاحب ہیں شاہون قریشی صاحب چودھری سرور شفقت محمود اسد عمر اور ریجنل پریزیڈنٹ آؤ گے اس نے ساڑھے عامر کیانی ہیں پنڈی وسط باقی ریجنل جس طرح ریجن جاؤں گے تو میرے خیال کیونکہ ایوری باڈی انڈرسٹینڈس کہ نو اور نیور پی ٹی آئی کے لیے پی ٹی آئی کا یہ بہت ہی کروشل الیکشن ہے اور ہمیں انشاءاللہ جیتیں گے اور اس میں ہارنا چوائس ہی نہیں ہے ہمارا ہارنا ہمارا چوائس ہی نہیں ہے پنجاب لائے عمل کیا ہو سی تو سن جس طرح ہوں کے پی کے سسٹم ہے کیونکہ جس نے حکومت وفاق نہیں ہونی ہے زیادہ بینیفٹ اسے کی ہونا ہے صوبے تو خیر وہ وفاق نہیں محتاج ہونے تو سب کہہ سمجھنے ہو کہ آنے والے وقت پنجاب جڑا ہے خاص کر نہیں پنجاب سی چوہی صاحب دیکھو کہ پنجاب نے اسپالنس کی حالت دیکھو انمپلائمنٹ سی دیکھو لا اینڈ آرڈر تھی دیکھو ایجوکیشن نے تھی حالت دیکھو مطلب میٹرو جو ہے یا اورینج ٹرین لوگوں نہیں ہے مقصد بس پنجاب انسٹیٹیوٹ آف کارڈیالوجی جیلی سٹینڈ بکنے پہ جیلی دوائیاں بننی پہ
ਔਰ ਚੀਫ ਜਸਟਿਸ ਸਾਹਿਬ ਜਿਹੜਾ ਦੌਰਾ ਕੀਤਾ ਮਿਊ ਹੋਸਪਿਟਲ ਦਾ, ਉੱਥੇ ਅਸੀਂ ਦੇਖਿਆ ਵੀ ਸਪਰੇਸ਼ਨ ਥੀਏਟਰ ਨਾਲ ਕੀ ਹਾਲ ਹੈ ਔਰ ਬਾਕੀ ਜਗ੍ਹਾ ਨਾਲ ਕੀ ਹਾਲ ਹੈ। ਉਹ ਬਸ ਅਖਬਾਰ ਖਵਾਤੀਨ ਬੱਚੇ ਜੋ ਹੈ ਉਹ ਸੜਕਾਂ 'ਤੇ ਜਨਮ ਦੇ ਰਹੀ ਹੈ। ਤਾਂ ਫਿਰ ਦੇਖੋ ਜੀ, ਮੇਰਾ ਇਹ ਹੈ ਪੁਆਇੰਟ ਕਿ ਗਵਰਨਮੈਂਟ ਨੇ ਕੋਈ ਵੀ ਜਿਹੜੀ ਐਫੀਸ਼ੈਂਸੀ ਹੈ ਤੁਸੀਂ ਇਸ ਗੱਲ ਤੋਂ ਨਾਪ ਸਕਦੇ ਹੋ ਕਿ ਆਮ ਆਦਮੀ ਦੀ ਹਾਲਤ ਸਹੀ ਹੋਈ ਹੈ ਜਾਂ ਖਰਾਬ ਹੋਈ ਹੈ, ਕਿਆ ਉਹਨਾਂ ਨੂੰ ਸਟੈਂਡਰਡ ਆਫ ਲਿਵਿੰਗ ਬਾਕੀ ਫੈਸਿਲਿਟੀ ਆਮ ਆਦਮੀ ਨੂੰ ਐਕਸਟੈਂਡ ਹੋਈਆਂ ਜਾਂ ਨਹੀਂ ਹੋਈਆਂ। ਅਤੇ ਉਹ ਤੁਸੀਂ ਖੁਦ ਸਿਆਣੇ ਬੰਦੇ ਹੋ, ਬਾਕੀ ਆਵਾਮ ਵੀ ਦੇਖਣੀ ਵੀ ਆਮ ਆਦਮੀ ਦੀ ਹਾਲਤ ਬੁਰੀ ਹੈ। ਤੁਸੀਂ ਨੇ ਬੈਰੂਨੇ ਮੁਲਕ ਵੀ ਕਾਫੀ ਸਾਰੇ ਦੌਰੇ ਵੀ ਰਹਿਣੇ, ਤਕਰੀਬਨ ਰਹਿਣੇ ਹੋ, ਹਕੂਮਤ ਵੀ ਰਹੇ ਹੋ ਜਾਂ ਵੈਸੇ ਵੀ ਤੁਸੀਂ ਸਿਲਸਿਲਾ ਐਸਾ ਸੀ ਕਿ ਤੁਸੀਂ ਆਪਣੀ ਜਾਬ ਦੇ ਸਿਲਸਿਲੇ 'ਚ ਵੀ ਜਾਣੇ ਰਹਿਣੇ ਸੋ ਕਹਿ ਸਮਝੋ ਵੀ ਕਿ ਜਿਹੜਾ ਤਰੱਕੀ ਨਾਲ ਅਸਾਂ ਇੱਕ ਪੈਮਾਨਾ ਰੱਖਿਆ ਵਾ ਉਸਨੇ ਜਿਹੜੀ ਬੈਰੂਨੀ ਦੁਨੀਆ ਉਸਨੇ ਫਰਕ ਨਹੀਂ ਹੈ, ਤਰੱਕੀ ਯਾਫਤਾ ਵੀ ਜਿਹੜੇ ਜਾਂ ਤਰੱਕੀ ਪਜ਼ੀਰ ਮੁਲਕ ਵੀ ਹੈ ਜਿਹੜੇ ਬਹੁਤ ਜਿਨ੍ਹਾਂ ਵਿੱਚ ਇਹ ਸੀ ਉਹਨਾਂ ਨੂੰ ਆਉਣਾ ਕਿ ਮਿਆਰੇ ਜ਼ਿੰਦਗੀ ਆਵਾਮ ਨਾਲ ਜਿਹੜਾ ਬੁਲੰਦ ਹੋਣਾ, ਤਰੱਕੀ ਨੇ ਉਹਦਾ ਕੁਛ ਪਤਾ ਲੱਗਣਾ ਵਾਕਈ ਇੱਥੇ ਤਰੱਕੀ। ਬੇਸਿਕਲੀ ਇਹੀ ਜਿਹੜੀ ਗੱਲ ਮੈਂ ਪਹਿਲੇ ਕੀਤੀ, ਰਿਪੀਟ ਕੀਤੀ ਹੈ ਕਿ ਆਵਾਮ ਨੇ ਮਿਆਰੇ ਜ਼ਿੰਦਗੀ ਜਿਹੜਾ ਉਹ ਪੈਮਾਨਾ ਹੈ, ਅਗਰ ਬੁਲੰਦ ਹੋਵੇ ਤਾਂ ਤੁਹਾਡੀ ਤਰੱਕੀ ਹੋਈ, ਅਗਰ ਨਹੀਂ ਬੁਲੰਦ ਹੋਇਆ। ਔਰ ਸਾਰਾ ਮੁਲਕ ਅੱਲਾਹ ਨੇ ਉਹ ਪੋਟੈਂਸ਼ੀਅਲ ਦਿੱਤੇ ਨੇ, ਉਹ ਪੋਟੈਂਸ਼ੀਅਲ ਦਿੱਤੇ ਨੇ ਕਿ ਐਵਰੀਥਿੰਗ ਇਜ਼ ਅਵੇਲੇਬਲ ਹੈ, ਲੇਕਿਨ ਕਰਪਸ਼ਨ ਔਰ ਜੋ ਇੱਕ ਇੱਕ ਬੰਦਾ 100, 200, 300 ਔਰਤ ਵੀ ਕਰਪਸ਼ਨ ਕਰ ਰਿਹਾ, ਇੱਕ ਇੱਕ ਬੰਦਾ, ਔਰ ਕੋਈ ਬੰਦਾ ਉਸਕੋ ਨਹੀਂ ਪੁੱਛਦਾ। ਔਰ ਅਭੀ ਜੋ ਹੈ ਵੋ ਮੁਝੇ ਅਫਸੋਸ ਹੋਤਾ ਹੈ ਕਿ ਇੱਕ ਆਦਮੀ ਜੋ ਤਾਰੀਖ ਮੈਂ 3 ਬਾਰ ਜੋ ਹੈ ਵਜ਼ੀਰ ਆਜ਼ਮ ਰਹਾ ਹੈ, ਔਰ ਵੋ ਮੁਝੇ ਕਹਤਾ ਹੈ ਜੀ ਕਿ ਮੁਝੇ ਵੋਟ ਕੇ ਤਕੱਦਸ ਕਾ ਖਿਆਲ ਨਹੀਂ ਰੱਖਾ ਗਿਆ। ਯਾਰ ਵੋਟ ਤੁਹਾਨੂੰ ਇਸ ਵਾਸਤੇ ਦੇਣਾ ਕਿ ਤੁਸੀਂ ਕਰਪਸ਼ਨ ਕਰੋ, ਲੋਕਾਂ ਨੇ ਸਾਹ ਬੰਦ ਕਰੋ, ਲੋਕਾਂ ਨੇ ਭੁੱਖਿਆ ਮਾਰੋ, ਉਹ ਤੁਸੀਂ ਵੋਟ ਦੀ ਤਕੱਦਸ ਦਾ ਖਿਆਲ ਨਹੀਂ ਕਰਨੇ ਹੋ। ਜਿਹੜੇ ਲੀਡਰ ਕੀ ਆਵਾਮ ਵੋਟ ਦੇਣੇ ਉਹ ਇੱਕਦਾਰ ਅਮਾਨਤ ਹੋਣੀ, ਤੁਸੀਂ ਅਮਾਨਤ ਦੀ ਖਿਆਨਤ ਕਰੋ, ਤੁਹਾਨੂੰ ਕੋਈ ਨਹੀਂ ਪੁੱਛਣਾ, ਤੁਹਾਨੂੰ ਕੋਈ ਬੰਦਾ ਨਾ ਪੁੱਛੇ। ਲੇਕਿਨ ਅਗਰ ਕੋਰਟ ਜਿਹੜਾ ਉਹ ਤੁਹਾਨੂੰ ਦੱਸਿਆ 1.5 ਸਾਲ 'ਤੇ ਚੱਲਣਾ ਰਿਹਾ ਔਰ ਤੁਸੀਂ ਕੋਈ ਆਪਣੀ ਮਨੀ ਟ੍ਰੇਲ ਨਹੀਂ ਦੇ ਸਕੇ ਹੋ, ਕੋਈ ਕੁਛ ਨਹੀਂ ਕਰ ਸਕੇ ਹੋ, ਔਰ ਤੁਸੀਂ ਬੈਲੇਟਰੀ ਜਿਹੜਾ ਉਹ ਜੱਜਾਂ ਕੀ ਗਾਲੀਆਂ ਦੇ ਰਹੇ ਹੋ ਔਰ ਆਰਮੀ ਕੀ ਗਾਲੀਆਂ ਦੇ ਰਹੇ ਹੋ, ਸਾਰੇ ਗਾਲੀਆਂ ਦੇ ਰਹੇ ਹੋ, ਕਮਾਲ ਕਰਤੇ ਹੈ, ਕਿਉਂਕਿ ਇਹ ਸਿਆਸੀ ਸ਼ਹੀਦ ਬਣਨਾ ਚਾਹਤੇ ਹੈ ਔਰ ਆਰਮੀ ਅਲਹਮਦੁਲਿਲਾ ਔਰ ਜੁਡੀਸ਼ਰੀ ਇਨਕੋ ਸਿਆਸੀ ਸ਼ਹੀਦ ਨਹੀਂ ਬਣਾਏਗੀ, ਬਲਕਿ ਕਾਨੂੰਨ ਕੇ ਮੁਤਾਬਕ ਇਨਕੇ ਸਾਥ ਡੀਲ ਕਰੇਗੀ ਔਰ ਜੋ ਕਾਨੂੰਨ ਹੈ ਉਹ ਇਸਕੇ ਮੁਤਾਬਕ ਇਨਕੋ ਜੋ ਹੈ ਉਹ ਜਜ਼ਾ ਸਜ਼ਾ ਮਿਲੇਗੀ। ਬਹੁਤ ਸ਼ੁਕਰੀਆ ਜੀ, ਗੱਲਾਂ ਬਹੁਤ ਸਾਰੀਆਂ, ਇਨਸ਼ਾਅੱਲਾ ਤਾਲਾ ਤੁਸਾਂ ਨਾਲ ਟੱਚ ਵੀ ਰਹੇ ਸੀ, ਤੁਸਾਂ ਇੱਥੇ ਸੌਰ ਕਲਿਆਲ ਵਿੱਚ ਆਏ ਹੋ ਜੀ, ਤੁਸਾਂ ਕੀ ਅਸਾਂ ਵੈਲਕਮ ਵੀ ਆਖਦੇ ਹਾਂ ਜੀ, ਔਰ ਖਾਸ ਕਰੀ ਸਨੀ ਜੀ ਪਹਿਲੀ ਦਫਾ ਆਏ ਜੀ ਸਾਰੇ ਸੋਨੇ ਬੱਚੇ, ਅਤੇ ਇਨਸ਼ਾਅੱਲਾ ਤਾਲਾ ਜਿਹੜੀ ਖਾਸ ਕਰੀ ਤਾਂ ਇਲੈਕਸ਼ਨ ਹੋ ਸਮਝ ਲੈ, ਅਤੇ ਇਨਸ਼ਾਅੱਲਾ ਅਸਾਂ ਪੂਰੀ ਅਸਾਂ ਅੱਗੇ ਵੀ ਬੇਲੌਸ ਖਿਦਮਤ ਕੀਤੀ ਹੈ ਜੀ ਗੁਜ਼ਸ਼ਤਾ 18 ਸਾਲਾਂ ਤੋਂ, ਅਤੇ ਇਨਸ਼ਾਅੱਲਾ ਤਾਲਾ ਇਸਨੇ ਜੀ ਸਾਡਾ ਹਿੱਸਾ ਹੋ ਸੀ ਔਰ ਬਹੁਤ ਬੜਾ ਹਿੱਸਾ ਹੋ ਸੀ। ਬਹੁਤ ਮਿਹਰਬਾਨੀ ਸਰ, ਬਹੁਤ ਸ਼ੁਕਰੀਆ।